ਭੈਣ ਜੀ ਕੀ ਕਹਿਣਾ ਚਾਹੋਗੇ, ਕਿਸ ਤਰ੍ਹਾਂ ਦਿਮਾਗ ਚ ਆਇਆ ਫ੍ਰੀ ਸੇਵਾ ਵਾਸਤੇ ਤੁਹਾਡੇ? ਜੀ ਇਹ ਨਾ ਬਾਬੇ ਦੀਪ ਸਿੰਘ ਜੀ ਨੇ ਮਤਲਬ ਕਿ ਬਹੁਤ ਵਧੀਆ ਕੀਤਾ। ਅਸੀਂ ਪਹਿਲਾਂ ਜਾਂਦੇ ਹੁੰਦੇ ਸੀ, ਪਹਿਲਾਂ ਸਾਡੇ ਦਿਨ ਹਾਲਾਤ ਬੜੇ ਮਾੜੇ ਸੀ, ਠੀਕ ਹੈ। ਜੋ ਜੋ ਅਸੀਂ ਬਾਬਾ ਦੀਪ ਸਿੰਘ ਦੇ ਆਉਣ ਲੱਗੇ ਉਹ ਸਾਡੇ ਦਿਨ ਫਿਰਦੇ ਗਏ, ਅੱਜ ਮੇਰੇ ਤੇ ਹਾਲਾਤ ਬਹੁਤ ਵਧੀਆ ਨੇ। ਮੈਂ ਸੁਣਿਆ ਤੁਹਾਡੇ ਕੋਲ ਘਰ ਤੇ ਬੜੇ ਬੁਰੇ ਹਾਲਾਤ ਸੀਗੇ, ਹੁਣ ਕਿਸ ਤਰ੍ਹਾਂ ਦੇ ਹਾਲਾਤ ਨੇ, ਔਰ ਆਟੋ ਜਿਹੜਾ ਹੈ ਕਿਸ ਤਰ੍ਹਾਂ ਤੁਹਾਡੇ ਕੋਲ ਪਹੁੰਚਿਆ? ਇਹ ਸਾਨੂੰ ਸਰਕਾਰੀ ਆਟੋ ਵਿੱਚ ਮਿਲਿਆ ਆ, ਇਹ ਸਪੈਸ਼ਲ ਸ਼ਰਧਾਲੂ ਵਾਸਤੇ ਮਿਲਿਆ ਆ ਕਿ ਜਿਸ ਤਰ੍ਹਾਂ ਫੋਰਨ ਤੋਂ ਲੋਕ ਆਉਂਦੇ ਨੇ ਕਿ ਸ਼ਰਧਾਲੂ ਵਾਸਤੇ ਲੇਡੀਜ਼ ਤੰਗ ਨਾ ਹੋਣ, ਲੇਡੀਜ਼ ਨਾਲ ਲੇਡੀਜ਼ ਸੇਫ ਹੋਣ। ਜੇਕਰ ਪੁਲਿਸ ਵਾਲੇ ਦੀ ਗੱਲ ਕੀਤੀ ਜਾਵੇ ਤਾਂ ਅਕਸਰ ਹੀ ਉਹ ਆਟੋ ਵਾਲਿਆਂ ਨੂੰ ਬਹੁਤ ਪਿੱਛੋਂ ਡੰਡੇ ਮਾਰਦੇ ਨੇ, ਇਹ ਤੁਹਾਡੇ ਨਾਲ ਕਦੀ ਨਹੀਂ ਇਸ ਤਰ੍ਹਾਂ ਹੋਇਆ? ਨਹੀਂ, ਸਾਡੀ ਬਹੁਤ ਜ਼ਿਆਦਾ ਰਿਸਪੈਕਟ ਕਰਦੇ ਨੇ, ਸਾਨੂੰ ਭੈਣ ਜੀ ਤੋਂ ਸਿਵਾਈ ਕਦੀ ਬੋਲਦੇ ਨਹੀਂ ਹੈਗੇ। ਉਨੇ ਪੈਸੇ ਕਮਾਉਣ 'ਚ ਖੁਸ਼ੀ ਨਹੀਂ ਮਿਲਦੀ ਜਿੰਨੀ ਸੇਵਾ ਕਰਨ 'ਚ ਖੁਸ਼ੀ ਮਿਲਦੀ ਆ। ਪਿਛਲੇ ਸੰਡੇ ਮੇਰਾ ਬਹੁਤ ਜ਼ਿਆਦਾ ਵਧੀਆ ਲੰਘਿਆ, ਮੈਂ ਇੱਦਾਂ ਹੀ ਖਲੋਤੀ ਹੋਈ ਸੀ ਸੇਵਾ 'ਤੇ, ਅਤੇ ਦੋ ਵੀਰ ਜੀ ਆਏ, ਕਹਿੰਦੇ ਟਾਹਲਾ ਸਾਹਿਬ ਜਾਣਾ, ਮੈਂ ਕਿਹਾ ਹਾਂਜੀ ਵੀਰ ਜੀ ਜਾਣਾ ਆ। ਥੋੜ੍ਹਾ ਜਿਹਾ ਅੱਗੇ ਗਏ, ਕਹਿੰਦੇ ਕਿ ਗੁੜੀਆ ਗੱਡੀ ਰੋਕਿਓ, ਗੱਡੀ ਰੋਕਿਓ, ਉਹਨਾਂ ਨੇ ਫਿਰ ਦੋ ਰੱਖੜੀਆਂ ਲਈਆਂ, ਦੋ ਰੱਖੜੀਆਂ ਲੈ ਕੇ ਕਹਿੰਦੇ ਗੁੜੀਆ ਸਾਡੇ ਰੱਖੜੀ ਬੰਨ, ਰੱਖੜੀ ਬੰਨੀ, ਇੰਨੀ ਮਨ 'ਚ ਖੁਸ਼ੀ ਹੋਈ ਕਿ ਜਿਵੇਂ ਬਾਬਾ ਦੀਪ ਸਿੰਘ ਜੀ ਆਪ ਚੱਲ ਕੇ ਮੇਰੇ ਕੋਲ ਆਏ ਨੇ। ਜੇਕਰ ਕਿਸੇ ਵਿਅਕਤੀ ਨੇ ਤੁਹਾਨੂੰ ਉੱਥੇ ਮਿਲਣਾ ਹੋਵੇ ਤਾਂ ਕਿੱਥੇ ਕੁ ਤੁਹਾਡਾ ਆਟੋ ਖਲੋਤਾ ਹੁੰਦਾ, ਕਿੱਥੋਂ ਤੁਸੀਂ ਸੇਵਾ ਨਿਭਾਉਂਦੇ ਹੋ, ਕਿੱਥੇ ਤੱਕ ਜਿਹੜੀ? ਮੈਂ ਬਿਠਾਉਂਦੀ ਹਾਂ ਸੁਲਤਾਨਵਿੰਡ ਗੇਟ ਤੋਂ ਸ਼ਹੀਦਾਂ ਸਾਹਿਬ, ਅਤੇ ਸ਼ਹੀਦਾਂ ਸਾਹਿਬ ਤੋਂ ਸੁਲਤਾਨਵਿੰਡ ਗੇਟ। ਕਦੀ ਹਸਬੈਂਡ ਨੇ ਨਹੀਂ ਕਿਹਾ ਕਿ ਅੱਜ ਅਸੀਂ ਇਕੱਠੇ ਆਟੋ ਚਲਾਉਂਦੇ ਹਾਂ ਜਾਂ ਅਸੀਂ ਪੈਸੇ ਇਕੱਠੇ ਕਰ ਲਈਏ ਐਤਵਾਰ, ਤੁਸੀਂ ਕਦੀ ਦਿਮਾਗ 'ਚ ਨਹੀਂ ਆਇਆ? ਉਹ ਕਹਿੰਦੀ ਆ ਸ਼ਹੀਦਾਂ ਸਾਹਿਬ ਤੋਂ ਵੱਧ ਕੇ ਕੁਛ ਨਹੀਂ ਹੈਗਾ, ਜੋ ਸ਼ਹੀਦਾਂ ਸਾਹਿਬ ਆ ਕੇ ਸਾਨੂੰ ਖੁਸ਼ੀ ਮਿਲਦੀ ਹੈ ਨਾ, ਉਹ ਸਾਨੂੰ ਦੁਨੀਆ ਤੋਂ ਕਿਤੇ ਖੁਸ਼ੀ ਨਹੀਂ ਮਿਲਦੀ। ਅਨੋਖੇ ਅਮਰ ਸ਼ਹੀਦ ਬਾਬਾ ਦੀਪ ਸਿੰਘ ਜੀ ਦਾ ਚਪਾਇਆ ਕੱਟਣ ਵਾਸਤੇ ਸ਼ਹੀਦਾਂ ਸਾਹਿਬ ਗੁਰਦੁਆਰਾ ਸਾਹਿਬ ਦੇ ਵਿੱਚ ਲੱਖਾਂ ਦੀ ਗਿਣਤੀ 'ਚ ਸ਼ਰਧਾਲੂ ਨਤਮਸਤਕ ਹੋਣ ਵਾਸਤੇ ਪਹੁੰਚਦੇ ਨੇ ਅਤੇ ਚਪਾਇਆ ਸਾਹਿਬ ਕੱਟਦੇ ਨੇ। ਉਸ ਚਪਾਇਆ ਸਾਹਿਬ ਦੇ ਵਿੱਚ ਹਿੱਸਾ ਲੈਣ ਵਾਸਤੇ ਜਦੋਂ ਸ਼ਰਧਾਲੂ ਕਿਸੇ ਬੱਸ ਸਟੈਂਡ 'ਤੇ ਜਾਂ ਕਿਸੇ ਹੋਰ ਜਗ੍ਹਾ 'ਤੇ ਮੌਜੂਦ ਹੁੰਦੇ ਨੇ ਤਾਂ ਇੱਕ ਭੈਣ ਉਹਨਾਂ ਨੂੰ ਸ਼ਹੀਦਾਂ ਸਾਹਿਬ ਗੁਰਦੁਆਰੇ ਤੱਕ ਫ੍ਰੀ ਸੇਵਾ ਕਰਦੀ ਹੋਈ ਨਜ਼ਰ ਆਉਂਦੀ ਹੈ। ਉਹ ਭੈਣ ਸਾਡੇ ਨਾਲ ਮੌਜੂਦ ਹੈ, ਗੱਲਬਾਤ ਕਰ ਲੈਂਦੇ ਕਿਸ ਤਰ੍ਹਾਂ ਉਹਨਾਂ ਦੇ ਦਿਮਾਗ 'ਚ ਆਇਆ, ਕਿਉਂਕਿ ਸੇਵਾ ਜਿਹੜੀ ਹੈ ਹਰ ਇੱਕ ਵਿਅਕਤੀ ਜਿਹੜਾ ਹੈ ਉਹ ਆਪਣੇ ਆਪਣੇ ਢੰਗ ਦੇ ਨਾਲ ਕਰਦਾ ਹੈ, ਇਹਨਾਂ ਵੱਲੋਂ ਵੀ ਇੱਕ ਸੇਵਾ ਜਿਹੜੀ ਆ ਉਹ ਲਿੱਤੀ ਗਈ ਹੈ। ਭੈਣ ਜੀ ਪਹਿਲਾਂ ਤਾਂ ਤੁਹਾਡਾ ਨਾਮ ਕੀ ਹੈ? ਰਾਜਵਿੰਦਰ ਕੌਰ ਵੀਰ ਜੀ। ਵੀ ਭੈਣ ਜੀ ਕੀ ਕਹਿਣਾ ਚਾਹੋਗੇ, ਕਿਸ ਤਰ੍ਹਾਂ ਦਿਮਾਗ 'ਚ ਆਇਆ ਫ੍ਰੀ ਸੇਵਾ ਵਾਸਤੇ ਤੁਹਾਡੇ? ਵੀਰ ਜੀ ਇਹ ਨਾ ਬਾਬੇ ਦੀਪ ਸਿੰਘ ਜੀ ਨੇ ਮਤਲਬ ਕਿ ਬਹੁਤ ਵਧੀਆ ਕੀਤਾ। ਅਸੀਂ ਪਹਿਲਾਂ ਜਾਂਦੇ ਹੁੰਦੇ ਸੀ, ਪਹਿਲਾਂ ਸਾਡੇ ਦਿਨ ਹਾਲਾਤ ਬੜੇ ਮਾੜੇ ਸੀ, ਠੀਕ ਹੈ। ਜੋ ਜੋ ਅਸੀਂ ਬਾਬਾ ਦੀਪ ਸਿੰਘ ਦੇ ਆਉਣ ਲੱਗੇ ਉਹ ਸਾਡੇ ਦਿਨ ਫਿਰਦੇ ਗਏ, ਅੱਜ ਮੇਰੇ ਤੇ ਹਾਲਾਤ ਬਹੁਤ ਵਧੀਆ ਨੇ। ਹਾਂਜੀ, ਤੇ ਜਿਹੜੀ ਵੀ ਸੰਗਤ ਮੈਂ ਕਹਿੰਦੀ ਕਿ ਆਉਂਦੀ ਆ, ਬਾਬਾ ਜੀ ਆਪਣੇ ਧੀਆਂ ਪੁੱਤਰਾਂ ਵਾਂਗ ਹੀ ਉਹਨਾਂ ਨੂੰ ਸਮਝਦੇ ਨੇ। ਜਿੱਦਾਂ ਕਿ ਆਪਾਂ ਇੱਕ ਆਪਣੇ ਮਾਂ ਪਿਓ ਨੂੰ ਕਰਦੇ ਹਾਂ ਨਾ ਕਿ ਜਿੱਦ ਪੂਰੀ ਕਰ ਲੈਂਦੇ ਹਾਂ ਕਿ ਮੰਮੀ ਸਾਨੂੰ ਆਹ ਚੀਜ਼ ਚਾਹੀਦੀ ਹੈ, ਪਾਪਾ ਸਾਨੂੰ ਆਹ ਚੀਜ਼ ਚਾਹੀਦੀ ਆ, ਮਾਂ ਪਿਓ ਲਿਆ ਕੇ ਦਿੰਦੇ ਆ ਨਾ, ਤੇ ਇੱਦਾਂ ਹੀ ਬਾਬੇ ਦੀਪ ਸਿੰਘ ਜੀ ਦੇ ਅੱਗੇ ਅਰਦਾਸ ਕਰੋ, ਉਹ ਪੂਰੀ ਹੁੰਦੀ ਹੁੰਦੀ ਹੈ। ਭੈਣ ਜੀ ਕਦੋਂ ਤੋਂ ਲੈ ਕੇ ਕਦੋਂ ਤੱਕ ਤੁਹਾਡੀ ਇਹ ਸੇਵਾ ਜਿਹੜੀ ਹੈ ਚੱਲਦੀ ਹੈ? 9 ਤੋਂ ਲੈ ਕੇ ਕਦੀ 1 ਵੀ ਵੱਜ ਜਾਂਦਾ, ਕਦੀ 2 ਵੀ ਵੱਜ ਜਾਂਦਾ, ਲੇਕਿਨ ਅੱਜ ਤੇ ਮੇਰੇ ਖਿਆਲ ਨਾਲ 3:30 ਦਾ ਉੱਪਰ 3 ਵਜੇ ਕੀ ਵੱਜ ਗਏ। ਹਾਂਜੀ, ਅੱਜ ਮੈਂ ਥੋੜਾ ਲੇਟ ਆਈ ਸੀ ਵੀਰ ਜੀ। ਅੱਛਾ, ਤੇ ਕਿਸ ਤਰ੍ਹਾਂ ਦਿਮਾਗ 'ਚ ਆਇਆ ਤੁਹਾਡੇ ਕਿ ਇਹ ਸੇਵਾ ਬੜੀ ਜ਼ਰੂਰੀ ਹੈ ਔਰ ਇਹ ਸੇਵਾ ਕਰਨੀ ਵੀ ਬੜੀ ਜ਼ਰੂਰੀ ਹੈ? ਹਾਂਜੀ, ਦੇਖੋ ਅਸੀਂ ਕੋਈ ਵੀ ਕੰਮ ਨੇਕ ਕੰਮ ਕਰਦੇ ਨਾ, ਬਾਬਾ ਉਹ ਤੋਂ ਵੱਧ ਕੇ ਫਲ ਦਿੰਦਾ ਆ, ਠੀਕ ਹੈ ਨਾ। ਆਇਓ ਅਸੀਂ ਕੁਛ ਵੀ ਕਰਦੇ ਹਾਂ ਤੇ ਬਾਬਾ ਜੀ ਸਾਨੂੰ ਬਹੁਤ ਤਰੱਕੀ ਦਿੰਦੇ ਨੇ, ਤੇ ਆਪਾਂ ਨੂੰ ਲੈਣੀਆਂ ਵੀ ਚਾਹੀਦੀਆਂ ਨੇ ਉਹਨਾਂ ਦੀਆਂ ਬਲੈਸਿੰਗਸ। ਮੈਂ ਸੁਣਿਆ ਤੁਹਾਡੇ ਕੋਲ ਘਰ ਤੇ ਬੜੇ ਬੁਰੇ ਹਾਲਾਤ ਸੀਗੇ, ਹੁਣ ਕਿਸ ਤਰ੍ਹਾਂ ਦੇ ਹਾਲਾਤ ਨੇ ਔਰ ਆਟੋ ਜਿਹੜਾ ਹੈ ਕਿਸ ਤਰ੍ਹਾਂ ਤੁਹਾਡੇ ਕੋਲ ਪਹੁੰਚਿਆ?
ਇਹ ਸਾਨੂੰ ਸਰਕਾਰੀ ਆਟੋਮੀਰ ਜੀ ਮਿਲਿਆ ਆ, ਇਹ ਸਪੈਸ਼ਲ ਸ਼ਰਧਾਲੂਆਂ ਵਾਸਤੇ ਮਿਲਿਆ ਆ ਕਿ ਜਿਸ ਤਰ੍ਹਾਂ ਫੋਰਨ ਤੋਂ ਲੋਕ ਆਉਂਦੇ ਨੇ ਕਿ ਸ਼ਰਧਾਲੂਆਂ ਵਾਸਤੇ ਲੇਡੀਜ਼ ਤੰਗ ਨਾ ਹੋਣ, ਲੇਡੀਜ਼ ਨਾਲ ਲੇਡੀਜ਼ ਸੇਫ ਹੋਏ। ਲੇਕਿਨ ਅਕਸਰ ਹੀ ਪੁਲਿਸ ਕਰਮਚਾਰੀ ਬਹੁਤ ਤੰਗ ਕਰਦੇ ਹੋਏ ਨਜ਼ਰ ਆਉਂਦੇ ਨੇ ਆਟੋ ਵਾਲਿਆਂ ਨੂੰ ਖਾਸ ਤੌਰ ਤੇ, ਤੁਹਾਨੂੰ ਨਹੀਂ ਕਦੀ ਮੁਸ਼ਕਲ ਦਾ ਸਾਹਮਣਾ ਕਰਨਾ ਪਿਆ? ਨਹੀਂ ਜੀ, ਮੈਂ ਥੈਂਕ ਯੂ ਕਰਨਾ ਚਾਹੁੰਦੀ ਹਾਂ ਸਰਦਾਰ ਹਰਪਾਲ ਸਿੰਘ ਜੀ ਦਾ, ਠੀਕ ਹੈ ਜੀ, ਉਹ ਸਾਡੇ ਨਾਲ ਬਹੁਤ ਕੋਆਪਰੇਟ ਕਰਦੇ ਨੇ ਔਰ ਜਿੰਨੇ ਵੀ ਇੱਥੇ ਪੁਲਿਸ ਵਾਲੇ ਨੇ ਬਹੁਤ ਜ਼ਿਆਦਾ ਸਾਡੇ ਨਾਲ ਕੋਆਪਰੇਟ ਕਰਦੇ ਨੇ। ਭੈਣ ਜੀ, ਜੇਕਰ ਪੁਲਿਸ ਵਾਲੇ ਦੀ ਗੱਲ ਕੀਤੀ ਜਾਵੇ ਤਾਂ ਅਕਸਰ ਹੀ ਉਹ ਆਟੋ ਵਾਲਿਆਂ ਨੂੰ ਬਹੁਤ ਪਿੱਛੋਂ ਡੰਡੇ ਮਾਰਦੇ ਨੇ, ਇਹ ਬਹੁਤ ਤੁਹਾਡੇ ਨਾਲ ਕਦੀ ਨਹੀਂ ਇੱਥੇ ਹੋਇਆ? ਨਹੀਂ, ਸਾਡੀ ਬਹੁਤ ਜ਼ਿਆਦਾ ਰਿਸਪੈਕਟ ਕਰਦੇ ਨੇ, ਸਾਨੂੰ ਭੈਣ ਜੀ ਤੋਂ ਸਿਵਾਈ ਕਦੀ ਬੋਲਦੇ ਨਹੀਂ ਹੈਗੇ, ਸਾਨੂੰ ਕਹਿ ਦਿੰਦੇ ਜਦ ਕੋਈ ਹੋਵੇ ਗੁੜੀਆ ਅੱਗੇ ਪਿੱਛੇ ਕਰ ਲਾ, ਸਾਨੂੰ ਬਹੁਤ ਸਪੋਰਟਡ ਕਰਦੇ ਨੇ। ਮੈਂ ਫਿਰ ਤੋਂ ਥੈਂਕ ਯੂ ਸਰਦਾਰ ਹਰਪਾਲ ਸਿੰਘ ਜੀ ਦਾ ਕਹਿਣਾ ਚਾਹੁੰਦੀ ਹਾਂ ਕਿ ਉਹ ਬਹੁਤ ਸਪੋਰਟਡ ਕਰਦੇ ਨੇ, ਸਾਨੂੰ ਕੋਈ ਵੀ ਮੁਸ਼ਕਿਲ ਆਉਂਦੀ ਆ ਆਪਾਂ ਉਹਦੇ ਕੋਲ ਜਾਈਏ ਤਾਂ ਉਹ ਸਾਡੀ ਮੁਸ਼ਕਿਲ ਦਾ ਹੱਲ ਕਰਦੇ ਨੇ। ਪਰਿਵਾਰ 'ਚ ਕੌਣ ਕੌਣ ਆ ਭੈਣ ਜੀ? ਮੈਂ ਆ, ਮੇਰੇ ਹਸਬੈਂਡ ਤੇ ਔਰ ਮੇਰੇ ਦੋ ਬੱਚੇ ਤੇ ਦੋ ਮੇਰੇ ਜੇਠ ਜੇਠਾਣੀ ਨੇ। ਤੇ ਫਿਰ ਘਰ ਦਾ ਗੁਜ਼ਾਰਾ ਕਿਦਾਂ ਹੁੰਦਾ ਐਤਵਾਰ, ਕਿਉਂਕਿ ਐਤਵਾਰ ਤੇ ਸੰਗਤ ਬੜੀ ਹੁੰਦੀ ਆ, ਉਦੋਂ ਪੈਸੇ ਵਿਚਾਰੇ ਕਮਾਏ ਜਾ ਸਕਦੇ ਆ, ਫਿਰ ਕਿਉਂ ਇਸ ਜਿਹੜਾ ਹੈਗਾ ਸੇਵਾ ਵੱਲ ਤੁਰ ਪਏ? ਕਿਉਂਕਿ ਉਸ ਦਿਨ ਬਾਬਾ ਦੀਪ ਸਿੰਘ ਜੀ ਕਿ ਮਤਲਬ ਕਿ ਬਹੁਤ ਜ਼ਿਆਦਾ ਕਿਰਪਾ, ਉਹਨੇ ਪੈਸੇ ਕਮਾਉਣ 'ਚ ਖੁਸ਼ੀ ਨਹੀਂ ਮਿਲਦੀ ਜਿੰਨੀ ਸੇਵਾ ਕਰਨ 'ਚ ਖੁਸ਼ੀ ਮਿਲਦੀ ਆ। ਤੇ ਕਦੀ ਪਰਿਵਾਰ ਨੇ ਨਹੀਂ ਕਿਹਾ ਕਿਉਂ ਇਹ ਸੇਵਾ ਕਰ ਰਹੇ ਹੋ, ਫਿਰ ਪੈਸੇ ਕਮਾਉਣ ਦਾ ਸਮਾਂ ਵਾ, ਪੈਸਾ ਕਮਾਇਆ ਜਾਵੇ? ਨਹੀਂ ਜੀ, ਉਹ ਕਹਿੰਦੇ ਸੇਵਾ ਜ਼ਰੂਰੀ ਆ, ਸੇਵਾ ਸਭ ਤੋਂ ਪਹਿਲਾਂ, ਸੇਵਾ ਕੰਮ ਬਾਅਦ 'ਚੋਂ। ਕਿਉਂਕਿ ਸਾਡੇ ਗੁਰੂ ਸਾਹਿਬ ਨੇ ਵੀ ਕਿਹਾ ਦਸਵੰਧ ਕੱਢਣਾ ਚਾਹੀਦਾ, ਕਿ ਲੱਗਦਾ ਕਿ ਉਹ ਵੀ ਫਲਸਫਾ ਤੁਸੀਂ ਨੋਟ ਕਰ ਰਹੇ ਹੋ, ਕਿ ਉਸੇ ਫਲਸਫੇ ਤੇ ਚੱਲ ਰਹੇ ਹੋ? ਹਾਂਜੀ ਸਰ ਜੀ, ਮੈਂ ਕਿ ਮਤਲਬ ਕਿ ਦਸਵੰਧ ਤਾਂ ਨਹੀਂ ਕਰਦੀ, ਬਟ ਮੈਂ ਹਰ ਰੋਜ਼ ਸ਼ਹੀਦਾ ਸਾਹਿਬ ਸੰਡੇ ਦਸਵੰਧ ਦੀ ਆ ਪੈਂਦੀ, ਜੋ ਤੁਸੀਂ ਛੱਡ ਕੇ ਆਉਂਦੇ ਇੱਕ ਦਿਨ ਪੂਰਾ ਦਸਵੰਧ ਹੀ ਹੁੰਦਾ। ਹਾਂਜੀ, ਤੇ ਫਿਰ ਮੈਨੂੰ ਨਾ ਕਿ ਸਰ ਜੀ ਜਦੋਂ ਗੁੜੀਆਂ ਲੇਡੀਜ਼ ਬੈਠਦੀਆਂ ਨੇ ਫਿਰ ਪਾਠ ਵੀ ਲਾਉਂਦੀਆਂ ਨੇ ਮੇਰੀ ਗੱਡੀ 'ਚ, ਸਤਨਾਮ ਵਾਹਿਗੁਰੂ ਦਾ ਜਾਪ ਅਸੀਂ ਕਰਦੇ ਲੈ ਕੇ ਆਉਂਦੇ ਹਾਂ, ਕਰਦੇ ਹੀ ਛੱਡ ਕੇ ਆਉਂਦੇ ਹਾਂ ਜੀ। ਜਦੋਂ ਹੋਇਆ ਕਿ ਅੱਜ ਦਾ ਦਿਨ ਬੜਾ ਵਧੀਆ ਨਿਕਲਿਆ ਮੇਰਾ, ਔਰ ਉਹ ਜਿਹੜੀ ਕਮੀ ਸੀਗੀ ਉਹ ਕਮੀ ਵੀ ਪੂਰੀ ਹੋਈ ਅੱਜ ਤੱਕ? ਹਾਂਜੀ, ਮੈਂ ਇੱਕ ਪਿਛਲੇ ਸੰਡੇ ਮੇਰਾ ਬਹੁਤ ਜ਼ਿਆਦਾ ਵਧੀਆ ਲੰਘਿਆ, ਮੈਂ ਇੱਦਾਂ ਹੀ ਖਲੋਤੀ ਹੋਈ ਸੀ ਸੇਵਾ 'ਤੇ ਦੋ ਵੀਰ ਜੀ ਆਏ, ਕਹਿੰਦੇ ਟਾਹਲਾ ਸਾਹਿਬ ਜਾਣਾ, ਮੈਂ ਕਿਹਾ ਹਾਂਜੀ ਵੀਰ ਜੀ ਜਾਣਾ ਆ, ਥੋੜ੍ਹਾ ਜਿਹਾ ਅੱਗੇ ਗਏ ਕਹਿੰਦੇ ਕਿ ਗੁੜੀਆ ਗੱਡੀ ਰੋਕਿਓ, ਗੱਡੀ ਰੋਕੀ, ਉਹਨਾਂ ਨੇ ਫਿਰ ਦੋ ਰੱਖੜੀਆਂ ਲਈਆਂ, ਦੋ ਰੱਖੜੀਆਂ ਲੈ ਕੇ ਕਹਿੰਦੇ ਗੁੜੀਆ ਸਾਡੇ ਰੱਖੜੀ ਬੰਨ, ਰੱਖੜੀ ਬੰਨੀ, ਇੰਨੀ ਮਨ 'ਚ ਖੁਸ਼ੀ ਹੋਈ ਕਿ ਜਿਵੇਂ ਬਾਬਾ ਦੀਪ ਸਿੰਘ ਜੀ ਆਪ ਚੱਲ ਕੇ ਮੇਰੇ ਕੋਲ ਆਏ ਨੇ। ਦੋ ਵੀਰ ਜੀ ਆਏ ਔਰ ਉਹਨਾਂ ਨੇ ਫਿਰ 1600 ਰੁਪਇਆ ਮੈਨੂੰ ਕੱਢ ਕੇ ਦਿੱਤਾ, ਅਤੇ ਇਵੇਂ ਲੱਗਾ ਕਿ ਜਿਹਦੇ ਨਾ ਮੈਨੂੰ ਆਪਣੇ ਭਰਾ ਮਿਲ ਗਏ ਹੋਣ। ਕਦੀ ਭਰਾ ਹੈਗਾ ਤੁਹਾਡਾ? ਦੋ ਬਣ ਗਏ ਹੁਣ ਭਰਾ? ਹਾਂਜੀ, ਹੁਣ ਦੋ ਬਣ ਗਏ, ਇੱਕ ਮੇਰਾ ਭਰਾ ਹੈਗਾ, ਹੁਣ ਦੋ ਬਣ ਗਏ, ਹੁਣ ਮੇਰੇ ਤਿੰਨ ਭਰਾ ਹੈਗੇ ਨੇ। ਹਾਂਜੀ, ਔਰ ਕੀ ਲੱਗਦਾ ਕਿ ਇਸ ਤਰ੍ਹਾਂ ਜਦੋਂ ਬਾਬਾ ਦੀਪ ਸਿੰਘ ਜੀ ਕੁਛ ਵੀ ਮੰਗੀਦਾ ਤੇ ਉਹ ਪੂਰਾ ਹੁੰਦਾ ਆ ਨਾਲ ਹੀ, ਕਿਉਂਕਿ ਤੁਸੀਂ ਕਹਿੰਦੇ ਵੀ ਜਿਸ ਤਰ੍ਹਾਂ ਕਿ ਦੋ ਭਰਾ ਸੀਗੇ ਆਪਦੇ, ਦੋ ਭਰਾ, ਇੱਕ ਭਰਾ ਸੀਗਾ, ਦੋ ਹੋਰ ਬਣ ਗਏ, ਕੀ ਕਹਿਣਾ ਚਾਹੋਗੇ? ਕਦੀ ਸੋਚਿਆ ਸੀਗਾ ਕਿ ਤਿੰਨ ਤਿੰਨ ਭਰਾ ਹੋਣਗੇ? ਨਹੀਂ ਸਰ, ਕਦੀ ਮੈਂ ਕਦੀ ਇਹ ਸੋਚਿਆ ਵੀ ਨਹੀਂ ਸੀ ਕਿ ਸਾਡੇ ਕਦੀ ਹਾਲਾਤ ਬਦਲਣਗੇ, ਪਰ ਬਾਬਾ ਦੀਪ ਸਿੰਘ ਜੀ ਨੇ ਹਾਲਾਤ ਬਦਲ ਦਿੱਤੇ। ਲੇਕਿਨ ਹੁਣ ਪਰਿਵਾਰ ਦੇ ਵਿੱਚ ਕਿਸ ਤਰ੍ਹਾਂ ਦਾ ਮਾਹੌਲ ਰਹਿੰਦਾ, ਤੁਹਾਡੇ ਪਰਿਵਾਰ ਕਿਸ ਤਰ੍ਹਾਂ ਚੱਲਦਾ? ਪਰਿਵਾਰ ਬਹੁਤ ਵਧੀਆ ਹੈ ਭਾਜੀ, ਮੈਂ ਆਪਣੇ ਬੱਚੇ CBSE ਸਕੂਲ ਪਾਏ ਹੋਏ ਨੇ, ਮੈਂ ਨਹੀਂ ਚਾਹੁੰਦੀ ਕਿ ਮੇਰੇ ਬੱਚੇ, ਮੈਂ ਇੰਨਾ ਨਹੀਂ ਪੜ੍ਹੀ ਹੈਗੀ ਅਤੇ ਮੇਰੇ ਬੱਚੇ ਨਾ ਪੜ੍ਹਨ, ਆਹ ਆਟੋ ਲੈਣ ਕਰਕੇ ਮੈਂ ਆਪਣੇ ਬੱਚਿਆਂ ਦੀ ਹੋਰ ਤਰੱਕੀ ਕਰਾਂਗੀ ਜੀ। ਔਰ ਜੇਕਰ ਕਿਸੇ ਵਿਅਕਤੀ ਨੇ ਤੁਹਾਨੂੰ ਉੱਥੇ ਮਿਲਣਾ ਹੋਵੇ ਤਾਂ ਕਿੱਥੇ ਕਿ ਤੁਹਾਡਾ ਆਟੋ ਖਲੋਤਾ ਹੁੰਦਾ, ਕਿੱਥੋਂ ਤੁਸੀਂ ਸੇਵਾ ਨਿਭਾਉਂਦੇ ਹੋ, ਕਿੱਥੇ ਤੱਕ ਜਿਹੜੀ ਖਤਮ ਕਰਦੇ ਹੋ? ਮੈਂ ਬਿਠਾਉਂਦੀ ਹਾਂ ਸੁਲਤਾਨਵਿੰਡ ਗੇਟ ਤੋਂ ਸ਼ਹੀਦਾਂ ਸਾਹਿਬ, ਅਤੇ ਸ਼ਹੀਦਾਂ ਸਾਹਿਬ ਤੋਂ ਸੁਲਤਾਨਵਿੰਡ ਗੇਟ। ਤੇ ਜੇਕਰ ਜਿਸ ਤਰ੍ਹਾਂ ਤੁਸੀਂ ਟਾਹਲਾ ਸਾਹਿਬ ਦੀ ਗੱਲ ਕੀਤੀ ਜਾਂ ਹੋਰ ਗੁਰਦੁਆਰਾ ਸਾਹਿਬ ਨੇ, ਉੱਥੇ ਫਿਰ ਸੇਵਾ ਕਰਦੇ ਹੋ ਕਿ? ਨਹੀਂ, ਜੇ ਕੋਈ ਕਹੇ ਫਿਰ ਉੱਥੇ ਲੈ ਜਾਈਦਾ, ਐਤਵਾਰ ਫ੍ਰੀ, ਐਤਵਾਰ ਸਾਰਾ ਫ੍ਰੀ ਹੈ? ਹਾਂਜੀ, ਐਤਵਾਰ ਫ੍ਰੀ ਹੈ, ਐਤਵਾਰ ਜਿੱਥੇ ਕਹੇ ਉੱਥੇ ਲੈ ਜਾਈਦਾ ਹੈ। ਤੇ ਕਦੀ ਹਸਬੈਂਡ ਨੇ ਨਹੀਂ ਕਿਹਾ ਕਿ ਅੱਜ ਅਸੀਂ ਇਕੱਠੇ ਆਟੋ ਚਲਾਉਂਦੇ ਹਾਂ ਜਾਂ ਅਸੀਂ ਪੈਸੇ ਇਕੱਠੇ ਕਰ ਲਈਏ ਐਤਵਾਰ, ਤੁਸੀਂ
ਕਦੀ ਦਿਮਾਗ 'ਚ ਨਹੀਂ ਆਇਆ? ਨਹੀਂ ਜੀ, ਉਹ ਕਹਿੰਦੇ ਆ ਸ਼ਹੀਦਾਂ ਸਾਹਿਬ ਤੋਂ ਵੱਧ ਕੇ ਕੁਛ ਨਹੀਂ ਹੈਗਾ। ਜੋ ਸ਼ਹੀਦਾਂ ਸਾਹਿਬ ਆ ਕੇ ਸਾਨੂੰ ਖੁਸ਼ੀ ਮਿਲਦੀ ਹੈ ਨਾ, ਉਹ ਸਾਨੂੰ ਦੁਨੀਆਂ ਤੋਂ ਕਿਤੇ ਖੁਸ਼ੀ ਨਹੀਂ ਮਿਲਦੀ। ਜਿਹੜੇ ਦੋ ਭਰਾ ਸੀ ਉਹਨਾਂ ਨੰਬਰ ਦਿੱਤਾ ਗਿਆ? ਨਹੀਂ, ਉਹਨਾਂ ਦਾ ਨਾ ਮੈਨੂੰ ਨਾ ਨੰਬਰ ਨਾ ਲੈਣ ਦਾ ਚੇਤਾ ਭੁੱਲ ਗਿਆ। ਉਹ ਯੂਪੀ ਦੇ ਹੈਗੇ ਨੇ ਅਤੇ ਪਲੀਜ਼ ਜਿੱਥੇ ਵੀ ਮੇਰੇ ਵੀਰ ਹੋਣ ਪਲੀਜ਼ ਮੈਨੂੰ ਫੋਨ ਕਰ ਲੈਣ। ਮੇਰਾ ਨੰਬਰ ਹੈਗਾ 98776778। ਬਿਲਕੁਲ ਬਿਲਕੁਲ, ਇਹ ਉਹ ਤਸਵੀਰਾਂ ਨੇ ਉਹ ਨੌਜਵਾਨਾਂ ਦੋਨਾਂ ਦੀਆਂ ਜਿਹੜੇ ਵੱਲੋਂ ਜਿਹੜੀ ਸੀਗੀ ਉਹ ਇਸ ਭੈਣ ਕੋਲ ਜਿਹੜੀ ਸੀਗੀ ਉਹ ਰੱਖੜੀ ਬਣਵਾਈ ਗਈ। ਔਰ ਇਹ ਹਮੇਸ਼ਾ ਹੀ ਪੰਜਾਬੀਆਂ ਦਾ ਹਮੇਸ਼ਾ ਹੀ ਅਲੱਗ ਜਿਹੜਾ ਹੈ ਉਹ ਐਗਜ਼ਾਮਪਲ ਸੈੱਟ ਕਰਦੇ ਹੋਏ ਵੀ ਨਜ਼ਰ ਆਉਂਦੇ ਨੇ। ਦੂਸਰੇ ਪਾਸੇ ਅਗਰ ਗੱਲ ਕੀਤੀ ਜਾਵੇ ਇਸ ਭੈਣ ਵੱਲੋਂ ਤਾਂ ਲਗਾਤਾਰ ਹੀ ਇਸ ਵੱਲੋਂ ਐਤਵਾਰ ਚੁਪਹਿਰ ਸਾਹਿਬ ਦੇ ਦੌਰਾਨ ਹਰੇਕ ਵਿਅਕਤੀ ਦੀ ਜਿਹੜੀ ਹੈ ਉਹ ਬੇਸ਼ੱਕ ਲੇਡੀਜ਼ ਜਿਹੜੀਆਂ ਨੇ ਉਹਨਾਂ ਨੂੰ ਫ੍ਰੀ ਜਿਹੜੀ ਹੈ ਸੇਵਾ ਕੀਤੀ ਜਾਂਦੀ ਹੈ। ਲੇਕਿਨ ਕਿਤਨਾ ਕਿਤੇ ਪੁਲਿਸ ਵਾਲਿਆਂ ਦਾ ਵੀ ਧੰਨਵਾਦ ਕਰਨਾ ਚਾਹਾਂਗੇ ਜਿਨ੍ਹਾਂ ਵੱਲੋਂ ਇਹਨਾਂ ਨੂੰ ਫ੍ਰੀ ਸੇਵਾ ਕਰਨ ਵਾਸਤੇ ਜਿਹੜੀ ਹੈ ਉਹ ਪ੍ਰੇਰਣਾ ਦਿੱਤੀ ਜਾ ਰਹੀ ਹੈ। ਭੈਣ ਜੀ, ਜੇਕਰ ਇਹ ਵੀਰ ਜਿਹੜੇ ਨੇ ਤੁਹਾਨੂੰ ਰੀਚ ਕਰਦੇ ਨੇ ਜਾਂ ਮੋਬਾਈਲ ਨੰਬਰ ਦਿੰਦੇ ਨੇ, ਕਿਸ ਤਰ੍ਹਾਂ ਤੁਹਾਨੂੰ ਮਿਲਣ? ਕੀ ਲੱਗਦਾ ਕਿ ਇਹ ਦੋ ਭਰਾ ਜਿਹੜੇ ਬਣੇ ਸੀਗੇ ਉਹ ਫਿਰ ਵਿਛੜੇ ਨੇ, ਦੁੱਖ ਹੁੰਦਾ ਪਿਆ ਕਿਸੇ ਜਗ੍ਹਾ ਤੇ? ਹਾਂਜੀ ਭਾਜੀ, ਹੁੰਦਾ ਆ ਕਿ ਮੈਂ ਉਹਨਾਂ ਦਾ ਨੰਬਰ ਨਹੀਂ ਲੈ ਸਕੀ। ਮੈਂ ਉਹਨਾਂ ਨੂੰ ਆਪਣੇ ਜਿੱਦਾਂ ਉਹਨਾਂ ਨੇ ਨਾ ਬਹੁਤ ਵਧੀਆ ਕਿਹਾ ਸੀ, ਮੈਂ ਚਾਹੁੰਦੀ ਹਾਂ ਕਿ ਮੇਰੇ ਘਰ ਆਉਣ ਔਰ ਜਿੱਦਾਂ ਮੈਂ ਆਪਣੇ ਭਰਾਵਾਂ ਨਾਲ ਲੀੜਾ ਕੱਪੜਾ ਦਿੰਦੀ ਉਦਾਂ ਹੀ ਉਹਨਾਂ ਨਾਲ ਕਰਾਂ। ਲੇਕਿਨ ਬੱਚੇ ਆਏ ਕਦੀ ਸ਼ਹੀਦਾਂ ਸਾਹਿਬ, ਉਹ ਆਉਂਦੇ ਨੇ ਕਦੀ ਇੱਥੇ? ਹਾਂਜੀ, ਪਿਛਲੇ ਸੰਡੇ ਉਹ ਵੀ ਕਹਿੰਦੇ ਨੇ, ਉਹ ਵੀ ਸ਼ਹੀਦਾਂ ਸਾਹਿਬ ਸੇਵਾ ਕਰਦੀ, ਮੈਂ ਉਹਨਾਂ ਨੂੰ ਵੀ ਨਾਲ ਲੈ ਕੇ ਆਉਂਦੀ ਹਾਂ, ਅੱਜ ਨਹੀਂ ਲੈ ਕੇ ਆਈ ਉਹ ਜੋ ਉਹਨਾਂ ਦੀ ਭੂਈ ਨਹੀਂ ਆਉਣਾ ਸੀ। ਅੱਛਾ, ਤੇ ਹੁਣ ਜੇਕਰ ਸੇਵਾ ਦੀ ਗੱਲ ਕੀਤੀ ਜਾਵੇ ਤੇ ਕਦੋਂ ਤੱਕ ਜਾਰੀ ਰਹੇਗੀ ਤੁਹਾਡੇ ਵੱਲੋਂ ਸੇਵਾ ਜਿਹੜੀ? ਬਸ ਹੁਣ ਮੈਂ ਨਾ ਘਰ ਚੱਲੀ ਸੀ। ਨਹੀਂ ਹੁਣ ਨਹੀਂ, ਇਨ ਫਿਊਚਰ ਜੇਕਰ ਅਗਲੇ ਜਿੰਨੇ ਚਿਕਰ ਮੇਰੀ ਜ਼ਿੰਦਗੀ ਹੈਗੀ ਉਨੇ ਚਿਕਰ ਮੈਂ ਸੇਵਾ ਕਰਦੀ ਹੀ ਰਹਾਂਗੀ। ਔਰ ਲੋਕਾਂ ਨੂੰ ਕੀ ਅਪੀਲ ਕਰਨਾ ਚਾਹੋਗੇ? ਜਿਹੜੇ ਲੋਕ ਜਿਹੜੇ ਨੇ ਬਹੁਤ ਸਾਰੇ ਪੈਸੇ ਆਟੋ ਵਾਲੇ ਚਾਰਜ ਕਰਦੇ ਨੇ, ਉਹਨਾਂ ਨੂੰ ਕੀ ਅਪੀਲ ਕਰਨਾ ਚਾਹੋਗੇ? ਮੈਂ ਤਾਂ ਬਸ ਇਹੀਓ ਕਹਿੰਦੀ ਹਾਂ ਕਿ ਆਪਣਾ ਕੁਛ ਟਾਈਮ ਕੱਢ ਕੇ ਸ਼ਹੀਦਾਂ ਸਾਹਿਬ ਸੇਵਾ ਕਰੋ ਅਤੇ ਵੇਖੋ ਕਿ ਪਰਮਾਤਮਾ ਤੁਹਾਨੂੰ ਬਹੁਤ ਕੁਛ ਦੇਗਾ ਔਰ ਬਹੁਤ ਜ਼ਿਆਦਾ ਖੁਸ਼ੀ ਮਿਲਦੀ ਆ। ਮੈਂ ਕਹਿੰਦੀ ਹਾਂ ਕਿ ਬਾਬਾ ਦੀਪ ਸਿੰਘ ਜੀ ਹੈ ਨਾ ਜਿਹੜੇ ਉਹ ਆਪਣੇ ਬੱਚਿਆਂ ਦੀ ਤਰ੍ਹਾਂ ਜਿੱਦਾਂ ਆਪਣੇ ਮਾਂ ਪਿਓ ਪੂਰੀ ਕਰਦੇ ਨੇ ਨਾ ਖੁਆਇਸ਼, ਬਾਬਾ ਦੀਪ ਸਿੰਘ ਉੱਦਾਂ ਹੀ ਪੂਰੀ ਕਰਦਾ। ਤੁਸੀਂ ਜ਼ਬਾਨ ਚੋਂ ਕੱਢੋ ਮਗਰੋਂ ਤੁਹਾਡੀ ਵਿਸ਼ ਪੂਰੀ ਹੋਏਗੀ ਪਹਿਲੇ। ਸੋ ਇਹ ਉਹ ਭੈਣ ਹੈ ਜਿਸ ਵੱਲੋਂ ਇੱਕ ਐਗਜ਼ਾਮਪਲ ਸੈੱਟ ਕੀਤੀ ਜਾ ਰਹੀ ਹੈ ਔਰ ਖਾਸ ਤੌਰ 'ਤੇ ਇਸ ਵੱਲੋਂ ਫ੍ਰੀ ਜਿਹੜੀ ਹੈ ਉਹ ਸੇਵਾ ਜਿਹੜੀ ਹੈ ਲੋਕਾਂ ਵਾਸਤੇ ਐਤਵਾਰ ਜਿਹੜੀ ਹੈ ਉਹ ਕੀਤੀ ਜਾ ਰਹੀ ਹੈ। ਲੇਕਿਨ ਕਿਤਨਾ ਕਿਤੇ ਇਸ ਭੈਣ ਨੂੰ ਇੱਕ ਮਲਾਲ ਵੀ ਹੈ ਕਿ ਦੋ ਭਰਾ ਮਿਲੇ ਸਨ ਜੋ ਕਿ ਯੂਪੀ ਤੋਂ ਆਏ ਸਨ ਅਤੇ ਉਹਨਾਂ ਵੱਲੋਂ ਇਸ ਨਾਲ ਰੱਖੜੀ ਜ਼ਰੂਰ ਬਣਾਈ ਗਈ ਲੇਕਿਨ ਨੰਬਰ ਜਿਹੜਾ ਹੈ ਉਹ ਖੁੱਸਦਾ ਹੋਇਆ ਨਜ਼ਰ ਆਇਆ। ਲੇਕਿਨ ਅਸੀਂ ਵੀ ਕਹਾਂਗੇ ਇਹਨੂੰ ਵੀਡੀਓ ਨੂੰ ਜ਼ਿਆਦਾ ਤੋਂ ਜ਼ਿਆਦਾ ਸ਼ੇਅਰ ਕੀਤਾ ਜਾਵੇ ਉਸ ਨੌਜਵਾਨਾਂ ਤੱਕ ਪਹੁੰਚਾਈ ਜਾਵੇ ਤਾਂ ਜੋ ਕਿ ਇਹ ਭੈਣ ਜਿਹੜੀ ਹੈ ਉਹ ਭਰਾਵਾਂ ਨੂੰ ਦੁਬਾਰਾ ਜਿਹੜੀ ਆ ਉਹ ਮਿਲ ਸਕੇ। ਲੇਕਿਨ ਉਹ ਜਿਹੜੇ ਪਰਿਵਾਰ ਦੇ ਜਿਹੜੇ ਮੁੰਡੇ ਨੇ ਉਹ ਯੂਪੀ ਦੇ ਜਿਹੜੇ ਆ ਉਹ ਦੱਸੇ ਜਾ ਰਹੇ ਨੇ ਅਤੇ ਅਸੀਂ ਵੀ ਇਹੀ ਕਹਾਂਗੇ ਕਿ ਇਹਨੂੰ ਸ਼ੇਅਰ ਕੀਤਾ ਜਾਵੇ ਤਾਂ ਜੋ ਕਿ ਇਹ ਵੀਡੀਓ ਜਿਹੜੀ ਆ ਉਹ ਨੌਜਵਾਨਾਂ ਤੱਕ ਪਹੁੰਚੇ ਤਾਂ ਜੋ ਕਿ ਇੱਕ ਉੱਚਾ ਖੁਆਬ ਇਸ ਭੈਣ ਦਾ ਉਹ ਪੂਰਾ ਹੋ ਸਕੇ। ਦੂਸਰੇ ਪਾਸੇ ਇਸ ਭੈਣ ਨੂੰ ਸਲੂਟ ਵੀ ਹੈ ਕਿ ਲਗਾਤਾਰ ਇਸ ਵੱਲੋਂ ਐਤਵਾਰ ਅਤੇ ਐਤਵਾਰ ਫ੍ਰੀ ਸੇਵਾ ਜਿਹੜੀ ਆ ਉਹ ਕੀਤੀ ਜਾਂਦੀ ਹੈ ਕਿਉਂਕਿ ਲਗਾਤਾਰ ਹੀ ਜੇਕਰ ਗੱਲ ਕੀਤੀ ਜਾਵੇ ਐਤਵਾਰ ਦੀ ਤਾਂ ਜਿੱਥੇ ਦਰਬਾਰ ਸਾਹਿਬ ਲੱਖਾਂ ਦੀ ਗਿਣਤੀ 'ਚ ਸ਼ਰਧਾਲੂ ਨਤਮਸਤਕ ਹੋਣ ਵਾਸਤੇ ਪਹੁੰਚਦੇ ਨੇ ਉਸੇ ਤਰ੍ਹਾਂ ਹੀ ਲੱਖਾਂ ਦੀ ਗਿਣਤੀ 'ਚ ਸ਼ਹੀਦ ਬਾਬਾ ਦੀਪ ਸਿੰਘ ਵੀ ਲੋਕ ਚੁਪਹਿਰ ਸਾਹਿਬ ਕੱਟਣ ਵਾਸਤੇ ਪਹੁੰਚਦੇ ਨੇ। ਲੇਕਿਨ ਕਈ ਇਸ ਤਰ੍ਹਾਂ ਦੇ ਲੋਕ ਨੇ ਜ਼ਿਆਦਾ ਪੈਸਾ ਕਮਾਉਣ ਵਾਸਤੇ ਜ਼ਿਆਦਾ ਪੈਸੇ ਜਿਹੜੇ ਨੇ ਉਹ ਚਾਰਜ ਕਰਦੇ ਹੋਏ ਨਜ਼ਰ ਆਉਂਦੇ ਲੇਕਿਨ ਇਸ ਭੈਣ ਵੱਲੋਂ ਫ੍ਰੀ ਸੇਵਾ ਜਿਹੜੀ ਆ ਉਹ ਕੀਤੀ ਜਾ ਰਹੀ ਹੈ। ਅਸੀਂ ਵੀ ਚਾਹਾਂਗੇ ਕਿ ਇਸ ਭੈਣ ਦਾ ਜਿਹੜਾ ਹਰੇਕ ਵਿਅਕਤੀ ਦਾ ਉਹ ਸਹਿਯੋਗ ਕਰੇ ਤਾਂ ਜੋ ਕਿ ਇਹ ਇਸੇ ਤਰ੍ਹਾਂ ਹੀ ਸੇਵਾ ਆਪਣੀ ਨਿਰੰਤਰ ਜਾਰੀ ਰੱਖੇ। ਕੈਮਰਾਮੈਨ ਵੰਸ਼ ਸਿਰਾ, ਗੁਰਪ੍ਰੀਤ ਸਿੰਘ, ਪੰਜਾਬੀ ਲੋਕ ਚੈਨਲ, ਅੰਮ੍ਰਿਤਸਰ ਸਾਹਿਬ।